ਹਾਂ ਜੀ ਵੀਰ ਜੀ ਤੁਹਾਡਾ ਨਾਮ ਕੀ ਹੈ? ਸਾਡਾ ਨਾਮ ਕਾਗਜ਼ਾਂ ਚ ਕਰਮਜੀਤ ਹੈ ਜੀ। ਕਰਮਜੀਤ ਹੈ ਤੇ ਤੁਸੀਂ ਇੱਥੇ ਕਦੋਂ ਤੋਂ ਆਏ ਹੋਏ ਆ? ਅਸੀਂ ਸ਼ਨੀਵਾਰ ਨੂੰ ਆ ਗਏ ਸੀ, ਐਤਵਾਰ ਨੂੰ ਸ਼ੁਰੂ ਕਰ ਲਿਆ ਸੀ ਕੰਮ ਦੁਪਹਿਰੇ ਜੀ। ਤੇ ਇਹ ਜਿਹੜਾ ਜੁੱਤੀਆਂ ਦਾ ਕੰਮ ਆ ਇੱਥੇ ਤੁਸੀਂ ਫ੍ਰੀ ਕਰਦੇ ਆ? ਇਹ ਜਲੰਧਰ ਵਾਲੇ ਮੁੰਡਿਆਂ ਦੀ ਕਿਰਪਾ ਹੋਈ ਹੈ ਜੀ। ਜਲੰਧਰ ਵਾਲੇ ਮੁੰਡੇ ਉਹਨਾਂ ਨੇ ਸਾਨੂੰ, ਅਸੀਂ ਆਖਿਆ ਉਹਨਾਂ ਨੂੰ ਕਿ ਅਸੀਂ ਇਹ ਕੰਮ ਕਰਨਾ ਚਾਹੁੰਦੇ ਆ, ਉਹ ਕਹਿੰਦੇ ਇੱਥੇ ਬੈਠੋ ਤੁਸੀਂ। ਓਕੇ ਵੀ ਤੁਹਾਨੂੰ ਜੀ ਆਇਆ, ਕਹਿੰਦੇ ਇੱਥੇ ਬੈਠੋ ਕੰਮ ਕਰੋ। ਅਸੀਂ ਆਖਿਆ ਵੀ ਭਾਈ ਅਸੀਂ ਪੈਸਾ ਹੀ ਲੈਂਦੇ ਜੀ, ਸੇਵਾਦਾਰ ਆ ਬਾਬਿਆਂ ਦੇ, ਮਾਲਕ ਦਾ ਹੁਕਮ ਆ ਜੀ। ਅਸੀਂ ਤਾਂ ਕੰਮ ਥੋੜਾ ਜਿਹਾ ਪਿੱਛੇ ਨੂੰ ਹੋਈਓ ਤੇ ਆਵਾਜ਼ ਆ ਜੂਗੀ। ਆ ਜਿਹੜੀਆਂ ਜੁੱਤੀਆਂ ਇਹ ਵੀ ਵਿੱਚ ਆ ਜਾਣ, ਆ ਜਿਹੜੀਆਂ ਜੁੱਤੀਆਂ ਆ ਦੇਖ ਲਓ ਜੀ ਜੁੜੇ ਉੱਥੇ ਉੱਥੇ ਹੋਏ। ਆਵਾਜ਼ ਆ ਜੂ ਭਾਜੀ ਥੋੜੀ ਜਿਹੀ। ਤੇ ਤੁਸੀਂ ਯਾਨੀ ਕਿ ਕਿੰਨੇ ਦਿਨ ਹੋ ਗਏ ਤੁਹਾਨੂੰ? ਸਾਨੂੰ ਸ਼ਨੀਵਾਰ ਨੂੰ ਆਉਂਦੇ ਸੀ, ਸ਼ਨੀਵਾਰ ਨੂੰ। ਤੇ ਉਸ ਦਿਨ ਤੋਂ ਇਹਨਾਂ ਨੇ ਜਿਹੜੀ ਫ੍ਰੀ ਸੇਵਾ ਜਿਹੜੀ ਆ ਜੁੱਤੀਆਂ ਦੀ ਕੀਤੀ ਹੋਈ ਆ, ਕਈ ਲੋਕਾਂ ਦੀਆਂ ਜਿਹੜੀਆਂ ਜੁੱਤੀਆਂ ਹੈਗੀਆਂ ਆ ਉਹ ਇੱਥੇ ਰਹਿ ਗਈਆਂ ਅਤੇ ਉਹਨਾਂ ਦੀ ਕੋਈ ਨਾ ਕੋਈ ਪ੍ਰੋਬਲਮ ਸੀਗੀ, ਉਹ ਇਹਨਾਂ ਨੇ ਟਾਕੀਆਂ ਲਾ ਕੇ ਉਹਨਾਂ ਨੂੰ ਪੂਰੀ ਤਰ੍ਹਾਂ ਕੰਪਲੀਟ ਕਰਕੇ ਉਹਨੂੰ ਅੱਛੀ ਤਰ੍ਹਾਂ ਬਣਾ ਕੇ ਅਤੇ ਉਹਨਾਂ ਨੇ ਹੁਣ ਗਰੀਬ ਜਨਤਾ ਦੇ ਵਿੱਚ ਇਹਨਾਂ ਨੇ, ਤੁਸੀਂ ਇਹਨਾਂ ਨੂੰ ਕੀ ਕਰਨਾ ਜੀ? ਗਰੀਬ ਜਨਤਾ ਨੂੰ ਇੱਥੇ ਵੰਡ ਦੇਣਗੇ। ਵੰਡ ਦੇਣਗੇ। ਤੁਸੀਂ ਕਿਹੜੇ ਪਿੰਡ ਤੋਂ? ਬਰਨਾਲੇ ਤੋਂ, ਬਰਨਾਲਾ ਜ਼ਿਲ੍ਹਾ, ਸੰਗਰੂਰ ਕੋਲੇ, ਸੰਗਰੂਰ ਬਰਨਾਲਾ ਖਾਸ। ਉੱਦਾਂ ਵੀ ਇਹੀ ਤੁਸੀਂ ਕੰਮ ਕਰਦੇ ਆ? ਉੱਥੇ ਵੀ ਅਸੀਂ ਪੁਲ ਦੇ ਥੱਲੇ ਹੀ ਕੰਮ ਕਰਦੇ ਹਾਂ। ਟੈਨਸ਼ਨ ਫ੍ਰੀ ਹੋ ਗਈ, ਚਿੰਤਾ ਨੀ ਕਰਨੀ ਸਾਨੂੰ। ਉਹ ਤਾਂ ਪਰਮਾਤਮਾ ਹੀ ਜਾਣਦਾ, ਅਸੀਂ ਨੀ ਕੁਛ ਜਾਣਦੇ, ਕਦੇ ਨੀ ਭੁੱਖੇ ਸੁੱਤੇ, ਗੁਰੂ ਦੀ ਕਿਰਪਾ ਰੰਗ ਲੱਗੇ ਪਿਆ। ਜੋ ਬੁਲੇ ਸੋ ਨਰ ਕਾਸੇ ਚੀਜ਼ ਦੀ ਲੋੜ, ਗੁਰਦਾਸ ਮਹਾਰਾਜ ਕੀ ਹੈ, ਕਾਸੇ ਚੀਜ਼ ਦੀ ਲੋੜ ਨਹੀਂ। ਤੇ ਕਈ ਵਾਰ ਆਪਣੀਆਂ ਜ਼ਰੂਰਤਾਂ ਹੁੰਦੀਆਂ ਆ ਜਿਹੜੀਆਂ, ਤੁਹਾਡੇ ਦਿਲ ਦੀਆਂ ਖੁਆਇਸ਼ਾਂ ਹੈਗੀਆਂ, ਤੁਹਾਡੇ ਦਿਲ ਦੀ ਖੁਆਇਸ਼ ਕੀ ਹੈਗੀ? ਸਾਡੇ ਤਾਂ ਦਿਲ ਦੀ ਕੋਈ ਖੁਆਇਸ਼, ਜਿਵੇਂ ਇਹ ਕਰਾਊਗਾ ਮਾਲਕ ਉਵੇਂ ਕਰਾਂਗੇ। ਤੁਹਾਡਾ